ਜਿੱਥੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉੱਥੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਟਿਕਟ ਦਾਅਵੇਦਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅਜੇ ਕੁਝ ਦਿਨ ਟਿਕਟ ਦਾਅਵੇਦਾਰਾਂ ਨੂੰ ਟਿਕਟ ਲਿਸਟ ਜਾਰੀ ਹੋਣ 'ਤੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜੇਕਰ ਵਾਰਡ ਨੰਬਰ 60 ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ ਪਾਰਟੀ ਟਿਕਟ ਦੇ 4 ਦਾਅਵੇਦਾਰ ਨੇ, ਜਿਨ੍ਹਾਂ 'ਚ ਸਭ ਤੋਂ ਪ੍ਰਮੁੱਖ ਦਾਅਵੇਦਾਰ ਪਿਛਲੇ 40 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਾਕੇਸ਼ ਪੁਰੀ ਮੰਨੇ ਜਾ ਰਹੇ ਹਨ। ਮੈਂ 60 ਨੰਬਰ ਵਾਰਡ ਤੋਂ ਆਪਣਾ ਦਾਅਵਾ ਪੇਸ਼ ਕੀਤਾ ਵਾ। 40 ਸਾਲ ਤੋਂ ਅਸੀਂ ਪਾਰਟੀ ਸੇਵਾ ਕਰਦੇ ਆ ਰਹੇ ਹਾਂ, ਬੂਥ ਸਤਰ 'ਤੇ ਔਰ ਅੰਦਰ ਤੱਕ ਰੈਗੂਲਰ ਅਸੀਂ ਬੂਥ ਸੰਭਾਲਦੇ ਰਹੇ ਨਿਸਵਾਰਥ। ਔਰ ਪਬਲਿਕ ਦੀ ਵੀ ਡਿਮਾਂਡ ਵੀ ਹੈ ਕਿ ਤੁਹਾਡਾ ਚਾਂਸ ਹੈ ਸੀਟ ਖਾਲੀ ਹੋਈ ਬੀਜੇਪੀ ਦੀ, ਅਤੇ ਤੁਸੀਂ ਇਹ ਕਿ ਦਾਅਵਾ ਪੇਸ਼ ਕਰੋ। ਔਰ ਸਾਡਾ ਕਾਂਗਰਸੀ ਇਲਾਕਾ ਵਾ, ਅਸੀਂ ਸੇਵਾ ਵੀ ਕੀਤੀ, ਲੋਕਾਂ ਦੀ ਨਿਸਵਾਰਥ ਸੇਵਾ ਕੀਤੀ ਹੈ, ਅਸੀਂ ਮਤਲਬ ਸਾਡੇ ਡਿਜ਼ਰਵ ਕਰਦੇ ਹਾਂ ਕਿ ਅਸੀਂ ਇਸ ਟਿਕਟ ਲੈਣ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।